ਆਪਣੇ ਘਰ ਦੇ ਬਾਹਰ ਖੜੀ ਇੱਕ 85 ਸਾਲ ਦੀ ਬਜ਼ੁਰਗ ਔਰਤ ਦੇ ਕੋਲੋਂ ਲੁੱਟਖੋ ਹੋਈ ਹੈ। ਦੱਸ ਦਈਏ ਕਿ ਬਾਈਕ ਦੇ ਉੱਤੇ ਆਏ ਝਪਟਮਾਰਾਂ ਦੇ ਵੱਲੋਂ ਉਸਦੇ ਗਲ ਦੇ ਵਿੱਚੋਂ ਸੋਨੇ ਦੀ ਚੈਨ ਝਪਟ ਕੇ ਲੈ ਗਏ ਨੇ। ਹਾਲਾਂਕਿ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਬਜ਼ੁਰਗ ਔਰਤ ਗਲੀ ਦੇ ਵਿੱਚ ਖੜੀ ਨਜ਼ਰ ਆ ਰਹੀ ਹੈ, ਪਰ ਇੰਨੇ ਦੇ ਵਿੱਚ ਪਿੱਛੋਂ ਦੀ ਬਾਈਕ 'ਤੇ ਸਵਾਰ ਹੋ ਕੇ ਆਏ ਦੋ ਝਪਟਮਾਰਾਂ ਦੇ ਵਿੱਚੋਂ ਜੋ ਪਿੱਛੇ ਵਾਲਾ ਬਾਈਕ ਸਵਾਰ ਹੈ ਉਹ ਉਤਰਦਾ ਹੈ ਅਤੇ ਉਤਰਦੇ ਸਾਰ ਹੀ ਬਜ਼ੁਰਗ ਦੇ ਗਲੇ ਨੂੰ ਹੱਥ ਪਾ ਲੈਂਦਾ। ਹਾਲਾਂਕਿ ਜਿਵੇਂ ਹੀ ਉਸਦੇ ਵੱਲੋਂ ਚੈਨ ਝਪਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਬਜ਼ੁਰਗ ਔਰਤ ਦੇ ਵੱਲੋਂ ਇਸਦਾ ਵਿਰੋਧ ਕੀਤਾ ਜਾਂਦਾ, ਪਰ ਝਪਟਮਾਰ ਜੋ ਹੈ ਉਸ ਬਜ਼ੁਰਗ ਔਰਤ ਨੂੰ ਆਪਣੇ ਨਾਲ ਹੀ ਗਲੀ ਦੇ ਵਿੱਚ ਸਿੱਟ ਲੈਂਦਾ ਅਤੇ ਉਹਨਾਂ ਦੇ ਗਲ ਦੇ ਵਿੱਚੋਂ ਚੈਨ ਖੋ ਕੇ ਫਰਾਰ ਹੋ ਜਾਂਦਾ। ਹਾਲਾਂਕਿ ਇਸ ਘਟਨਾ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੋ ਝਪਟਮਾਰ ਨੇ ਬੜੇ ਹੀ ਬੇਰਹਿਮ ਨੇ। ਬਜ਼ੁਰਗ ਔਰਤ ਦਾ ਵੀ ਕੋਈ ਖਿਆਲ ਨਹੀਂ, ਕਿਉਂਕਿ 85 ਸਾਲ ਇਸ ਬਜ਼ੁਰਗ ਦੀ ਉਮਰ ਦੱਸੀ ਜਾ ਰਹੀ ਹੈ। ਤਾਂ ਘਟਨਾ ਬੀਤੀ ਸ਼ਾਮ ਦੀ ਜਲੰਧਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਘਰ ਦੇ ਬਾਹਰ ਖੜੀ ਇੱਕ ਬਜ਼ੁਰਗ ਔਰਤ ਦੇ ਕੋਲੋਂ ਲੁੱਟਖੋ ਹੋਈ ਹੈ, ਗਲੇ ਦੇ ਵਿੱਚੋਂ ਸੋਨੇ ਦੀ ਚੈਨ ਝਪਟ ਕੇ ਫਰਾਰ ਹੋਏ ਨੇ।